ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਹਰ ਇੱਕ 'ਤੇ ਮਿਹਰ ਭਰਿਆ ਹੱਥ ਰੱਖਦੇ ਨੇ। ਅੱਜ ਕੱਲ੍ਹ ਦੇ ਯੁੱਗ ਵਿੱਚ, ਅੱਜ ਕੱਲ੍ਹ ਜੋ ਸਮਾਂ ਬੀਤ ਰਿਹਾ ਹੈ, ਉਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ, ਸ਼ਹੀਦ ਅਮਰ ਬਾਬਾ ਦੀਪ ਸਿੰਘ ਜੀ ਲੋਕਾਂ ਉੱਤੇ ਬਹੁਤ ਕਲਾ ਵਰਤਾ ਰਹੇ ਹਨ, ਜਿਸ ਨਾਲ ਕਿ ਲੋਕਾਂ ਦਾ ਭਲਾ ਹੁੰਦਾ ਹੈ। ਲੋਕਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਵੱਧ ਰਹੀ ਹੈ। ਲੋਕ ਆਪਣੇ ਗੁਰੂ ਨੂੰ ਮੰਨ ਰਹੇ ਹਨ ਅਤੇ ਆਪਣੇ ਗੁਰੂ 'ਤੇ ਵਿਸ਼ਵਾਸ ਕਰ ਰਹੇ ਹਨ, ਨਹੀਂ ਤਾਂ ਹਜ਼ਾਰਾਂ ਹੀ ਲੋਕ ਆਪਣੇ ਗੁਰੂ ਗ੍ਰੰਥ ਸਾਹਿਬ ਜੀ, ਆਪਣੇ ਦਸਾਂ ਗੁਰੂਆਂ ਤੋਂ ਵਿਮੁੱਖ ਹੋ ਕੇ ਪਤਾ ਨਹੀਂ ਇੱਧਰ ਉੱਧਰ ਭਟਕਦੇ ਰਹਿੰਦੇ ਨੇ। ਉਹਨਾਂ ਦੇ ਮਨ ਭਟਕਣੇ ਨੂੰ ਸ਼ਾਂਤ ਲਈ ਖਾਲਸਾ ਜੀ, ਵਾਹਿਗੁਰੂ ਕਦੇ ਨਾ ਕਦੇ ਕੋਈ ਨਾ ਕੋਈ ਇਹੋ ਜਿਹਾ ਮੋੜ ਲਿਆਉਂਦਾ ਹੈ ਕਿ ਜਿਸ ਨਾਲ ਉਹ ਆਪਣੇ ਸਿੱਧੇ ਰਾਹੇ ਪੈ ਜਾਣ, ਤਾਂ ਕਿ ਉਹ ਗੁਰੂ ਨਾਲ ਪਿਆਰ, ਗੁਰੂ ਨਾਲ ਸਨੇਹ ਕਰਨ, ਗੁਰੂ ਵਾਲੇ ਬਣਨ, ਗੁਰੂ ਕਿਰਪਾ ਕਰਨ ਅਤੇ ਉਹ ਗੁਰਸਿੱਖ ਬਣਨ। ਖਾਲਸਾ ਜੀ, ਅੱਜ ਕੱਲ੍ਹ ਕਿਸੇ ਨੂੰ ਕਹਿਣ ਦਾ ਤਾਂ ਕੋਈ ਜ਼ਮਾਨਾ ਹੀ ਨਹੀਂ ਹੈ ਕਿ ਤੁਸੀਂ ਪਾਠ ਕਰਿਆ ਕਰੋ। ਅਗਲਾ ਪਹਿਲਾਂ ਦੂਜੇ ਨੂੰ ਕਹਿ ਦਿੰਦਾ ਵੀ ਤੁਸੀਂ ਕਰਦੇ ਹੋ, ਇਹੋ ਜਿਹਾ ਤਾਂ ਕਦੇ ਕਿਸੇ ਦੇ ਨਾਲ ਕੋਈ ਕਹਿਣਾ ਹੀ ਨਹੀਂ ਚਾਹੀਦਾ। ਕਦੇ ਵੀ ਕਿਸੇ ਨੂੰ ਸੁਝਾਅ ਨਾ ਦਿਵੋ ਅਤੇ ਨਾ ਹੀ ਕਿਸੇ ਨੂੰ ਕਹਿਣਾ ਚਾਹੀਦਾ ਹੈ। ਇਹ ਤਾਂ ਬੰਦੇ ਨੂੰ ਆਪ ਹੀ ਗੁਰੂ ਮਨ ਵਿੱਚ ਮਿਹਰ ਪਾਵੇ, ਆਪ ਹੀ ਗੁਰੂ ਉਸ 'ਤੇ ਬਖਸ਼ੀਸ਼ ਕਰੇ, ਆਪ ਹੀ ਗੁਰੂ ਉਹ 'ਤੇ ਮਿਹਰ ਭਰਿਆ ਹੱਥ ਰੱਖਣ, ਤਾਂ ਕਿ ਬੰਦਾ ਆਪਣਾ ਜ਼ਿੰਦਗੀ ਸਹੀ ਤਰੀਕੇ ਨਾਲ ਜੀ ਸਕੇ। ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ, ਜੋ ਕਿ ਆਪਣੀ ਕਲਾ ਵਰਤਾਉਂਦੇ ਨੇ। ਕਈ ਇਹੋ ਜਿਹੀਆਂ ਹੱਡ ਬੀਤੀਆਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਥੋੜ੍ਹੇ ਹੀ ਦਿਨ ਪਹਿਲਾਂ ਇੱਕ ਫੌਜੀ ਵੀਰ ਦੀ ਹੱਡ ਬੀਤੀ ਉਹਨਾਂ ਨੇ ਦੱਸੀ ਸੀ ਕਿ ਵੇਖੋ, ਅਸੀਂ ਇਹ ਨਹੀਂ ਕਹਿੰਦੇ ਕਿ ਪਰਮਾਤਮਾ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖੁਦ ਆ ਕੇ ਸਾਨੂੰ ਕਹਿਣਗੇ ਕਿ ਪੁੱਤ ਮੈਂ ਤੇਰੇ ਕੋਲ ਆਇਆ ਹਾਂ। ਇਹੋ ਜਿਹੇ ਤਾਂ ਸਾਡੇ ਕੋਈ ਕਰਮ ਹੀ ਨਹੀਂ ਨਾ, ਕਰਮ ਤਾਂ ਅਸੀਂ ਖੁਦ ਬਣਾਉਣੇ ਨੇ। ਇਹ ਤਾਂ ਪਰਮਾਤਮਾ ਕਿਸੇ ਦੇ ਵੀ ਰੂਪ ਵਿੱਚ ਆ ਕੇ ਸਾਨੂੰ ਥੋੜ੍ਹਾ ਜਿਹਾ ਸੰਕੇਤ ਦੇ ਦਿੰਦੇ ਨੇ ਵੀ ਆਹ ਕੰਮ ਠੀਕ ਹੈ ਅਤੇ ਆਹ ਕੰਮ ਨਹੀਂ, ਜਿਸ ਨਾਲ ਕਿ ਅਸੀਂ ਸਿੱਧੇ ਰਾਹੇ ਪਈਏ। ਉਹ ਫੌਜੀ ਵੀਰ ਨੇ ਆਪਣੀ ਦਾਸਤਾਂ ਸੁਣਾਈ ਅਤੇ ਉਹਨਾਂ ਨੇ ਦੱਸਿਆ ਕਿ ਅਸੀਂ ਮਤਲਬ ਕਹਿੰਦੇ ਕਿ ਬਾਹਰ ਅਸੀਂ ਛੁੱਟੀ ਆਇਆ ਸੀ। ਕਹਿੰਦੇ ਫੌਜੀ ਵੀਰ ਉਹਨਾਂ ਨੇ ਦੱਸਿਆ ਕਿ ਅਸੀਂ ਘੁੰਮਣ ਵਾਸਤੇ ਸ਼ਹਿਰ ਮਸੂਰੀ ਗਏ। ਕਹਿੰਦੇ ਉੱਥੇ ਨਾ ਘੁੰਮਦੇ ਫਿਰਦੇ ਰਹੇ। ਕਹਿੰਦੇ ਵੈਸੇ ਤਾਂ ਅਸੀਂ ਗੁਰਦੁਆਰਾ ਸਾਹਿਬ ਵੀ ਘੁੰਮਣ ਜਾਂਦੇ ਹਾਂ ਅਤੇ ਘਰ ਦੇ ਜੀ ਵੀ ਨਾਲ ਹੁੰਦੇ ਹਨ, ਅਤੇ ਕਹਿੰਦੇ ਅਸੀਂ ਗਏ ਅਤੇ ਉੱਥੇ ਨਾ ਕਹਿੰਦੇ ਕਿ ਸਾਡਾ ਨਾ ਅਚਾਨਕ ਹੀ ਕਹਿੰਦੇ ਨਾ ਐਕਸੀਡੈਂਟ ਹੋ ਗਿਆ। ਦੇਖੋ ਜਦੋਂ ਮਾੜੀ ਘੜੀ ਆਉਂਦੀ ਹੈ ਨਾ, ਹੱਸਦੇ ਖੇਡਦਿਆਂ ਦੀ ਇੱਕ ਮਿੰਟ ਲੱਗਦਾ ਹੈ, ਜ਼ਿੰਦਗੀ ਪਲਟ ਜਾਂਦੀ ਹੈ। ਬੰਦੇ ਨੇ ਇਹ ਕੁਝ ਸੋਚਿਆ ਵੀ ਨਹੀਂ ਹੁੰਦਾ ਕਿ ਹੁਣ ਰਾਤ ਨੂੰ ਮੈਂ ਸੁੱਤਾ ਹਾਂ, ਸਵੇਰੇ ਮੈਂ ਆਹ ਕੰਮ ਕਰਨਾ ਹੈ। ਜੇ ਪਰਮਾਤਮਾ ਦੀ ਇੱਛਾ ਹੋਈ ਤਾਂ ਤੂੰ ਸਵੇਰੇ ਉੱਠ ਜਾਏਗਾ, ਨਹੀਂ ਤਾਂ ਸੁੱਤਾ ਹੀ। ਕਈ ਤੇਰੀਆਂ ਦਿਲ ਵਿੱਚ ਖੁਆਇਸ਼ਾਂ ਜਿਹੜੀਆਂ ਕਿ ਪੂਰੀਆਂ ਨਹੀਂ ਹੋਣੀਆਂ, ਉਹ ਪੂਰੀਆਂ ਹੋਣੀਆਂ ਵੀ ਨਹੀਂ। ਜਦ ਬੰਦਾ ਹੀ ਚਲਾ ਗਿਆ, ਇਸ ਕਰਕੇ ਸਾਨੂੰ ਇਹ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਵੱਲੋਂ
ਕੋਈ ਮਾੜਾ ਕਰਮ ਨਾ ਹੋਵੇ ਜਿਸ ਨਾਲ ਕਿ ਸਾਨੂੰ ਮਤਲਬ ਇਹੋ ਜਿਹਾ ਕੋਈ ਦਿਨ ਵੇਖਣਾ ਪਵੇ। ਚਲੋ ਇਹ ਤਾਂ ਰੱਬ ਨੇ ਆਪੋ ਆਪਣੀ ਵੱਖੋ ਵੱਖਰੀ ਸਭ ਦੀ ਕਿਸਮਤ ਲਿਖੀ ਹੈ ਕਿ ਕਿਸੇ ਨੇ ਕਿਵੇਂ ਸਵਾਸ ਤਿਆਗਣੇ ਨੇ ਅਤੇ ਕਿਸੇ ਨੇ ਕਿਵੇਂ। ਅਤੇ ਇਸੇ ਤਰ੍ਹਾਂ ਕਹਿੰਦੇ ਕਿ ਪਰਮਾਤਮਾ ਨੇ ਜੀਵਨ ਜ਼ਿੰਦਗੀ ਦਿੱਤੀ ਹੈ ਤਾਂ ਇਸ ਨੂੰ ਵਧੀਆ ਤਰ੍ਹਾਂ ਜਿਉਣਾ ਚਾਹੀਦਾ ਹੈ। ਕੋਈ ਇਹੋ ਜਿਹੇ ਕਰਮ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਕਿ ਰੱਬ ਵੀ ਸਾਡੇ ਨਾਲ ਨਾਰਾਜ਼ ਹੋ ਜਾਵੇ। ਪਰ ਬੰਦਾ ਇਹ ਕੁਝ ਨਹੀਂ ਸਮਝਦਾ। ਕਈ ਇਹੋ ਜਿਹੇ ਲੋਕ ਵੀ ਵੇਖੀਦੇ ਨੇ ਜਿਨ੍ਹਾਂ ਦੀ ਸ਼ੁਰੂਆਤ ਇਹੋ ਜਿਹੇ ਖਾਣ ਪੀਣ ਤੋਂ ਹੁੰਦੀ ਹੈ ਕਿ ਜਿਸ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਲੈਣਾ ਵੀ ਪਾਪ ਹੈ। ਜਿਵੇਂ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਜੀ ਸੀ ਨਾ, ਦਸ਼ਮ ਗੁਰੂ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦਾ ਘੋੜਾ ਤੰਬਾਕੂ ਵਾਲੇ ਖੇਤ 'ਚੋਂ ਨਹੀਂ ਸੀ ਲੰਘਿਆ, ਵੀ ਇੰਨੀ ਸ਼ਰਧਾ ਸੀ। ਅਤੇ ਅੱਜ ਕੱਲ੍ਹ ਤੰਬਾਕੂ, ਬੀੜੀ, ਸਿਗਰਟ, ਜਰਦਾ, ਸ਼ਰਾਬ, ਇਹ ਹਰ ਇੱਕ ਦਾ ਸ਼ੌਂਕ ਜਿਹਾ ਬਣ ਗਿਆ ਹੈ। ਹਰ ਕੋਈ ਇਸ ਨੂੰ ਖਾਣ ਪੀਣ 'ਚ ਬਹੁਤ ਹੀ ਵਧੀਆ ਮੰਨਦਾ ਹੈ ਵੀ ਪਤਾ ਨਹੀਂ ਮੈਂ ਕੀ ਖਾ ਰਿਹਾ ਹਾਂ, ਪਰ ਇੰਨਾ ਨਹੀਂ ਪਤਾ ਕਿ ਇਹ ਸਾਰੇ ਉਹ ਕੁਕਰਮ ਪਾਪ ਖੱਟ ਰਿਹਾ ਹੈ ਆਪਣੀ ਜ਼ਿੰਦਗੀ 'ਚ। ਦੇਖੋ ਚਲੋ ਪੀਓ, ਆਪਣੀ ਲਿਮਿਟਡ ਪੀਓ, ਇਹ ਨਾ ਹੋਵੇ ਕਿ ਤੁਸੀਂ ਇੰਨੀ ਪੀ ਲਓ ਕਿ ਕੁੱਤੇ ਮੂੰਹ ਚੱਟ ਚੱਟ ਜਾਣ ਤੁਹਾਡਾ ਐਡੀ। ਫਿਰ ਜਦੋਂ ਕਹਿੰਦੇ ਨਾ ਇੱਕ ਵਾਰ ਪੀਣਾ ਕੋਈ ਸ਼ੁਰੂ ਕਰ ਦੇਵੇ ਨਾ, ਇੱਕ ਸ਼ਰਾਬੀ ਹੁੰਦਾ ਹੈ ਨਾ, ਉਹ ਜੇ ਪੀਣਾ ਸ਼ੁਰੂ ਕਰ ਦੇਵੇ ਨਾ ਤਾਂ ਉਹਦੀ ਛੇਤੀ ਛੁੱਟਦੀ ਵੀ ਨਹੀਂ ਹੈ। ਇਹ ਤਾਂ ਕਹਿਣ ਦੀਆਂ ਗੱਲਾਂ ਨੇ ਵੀ ਸਬਰ ਨਾ ਪੀਓ, ਅਤੇ ਜਾਂ ਸਬਰ ਨਾ ਪੀਤੀ ਗਈ, ਅਤੇ ਕੋਈ ਸਬਰ ਨਹੀਂ ਕਰਦਾ ਹੈ। ਇਸ ਕਰਕੇ ਸ਼ਰਾਬੀ ਜਦੋਂ ਸ਼ਰਾਬ ਪੀਣ ਬਹਿੰਦਾ ਨਾ, ਉਹਨੂੰ ਸਾਰਾ ਭੁੱਲ ਜਾਂਦਾ ਹੈ ਕਿ ਮੈਂ ਇੱਕ ਘਰ ਦਾ ਮੁੰਡਾ ਹਾਂ, ਮੈਂ ਕਿਸੇ ਦਾ ਬਾਪ ਹਾਂ, ਮੈਂ ਕਿਸੇ ਭੈਣ ਦਾ ਭਰਾ ਹਾਂ, ਵੀ ਮੈਂ ਇਹ ਕੁਝ ਨਾ ਪੀਵਾਂ ਵੀ ਜਿਹਦੇ ਨਾਲ ਮੇਰੀ ਜ਼ਿੰਦਗੀ ਨਾਸ ਹੋ ਜੇ। ਅਤੇ ਇਹ ਤੋਂ ਉਹ ਇਹ ਵੀ ਨਹੀਂ ਸੋਚਦਾ ਵੀ ਮੈਂ ਜ਼ਿੰਦਗੀ 'ਤੇ ਪਰਮਾਤਮਾ ਨੇ ਮੈਨੂੰ ਮਨੁੱਖ ਜੀਵਨ ਬਣਾ ਕੇ ਭੇਜਿਆ ਹੈ, ਮਨੁੱਖ ਬਣਾ ਕੇ ਭੇਜਿਆ ਹੈ, ਜਾਨਵਰ ਤਾਂ ਨਹੀਂ। ਇਹ ਤਾਂ ਜਦੋਂ ਬੰਦਾ ਸ਼ਰਾਬ ਪੀ ਲੈਂਦਾ ਹੈ ਨਾ, ਤਾਂ ਫਿਰ ਉਹਦੀ ਕੰਡੀਸ਼ਨ ਇਹੋ ਜਿਹੀ ਹੋ ਜਾਂਦੀ ਹੈ ਕਿ ਜਿਵੇਂ ਕੋਈ ਜਾਨਵਰ ਹੋਵੇ। ਇਹ ਅਸਲੀ ਦੀ ਰਿਐਲਿਟੀ ਹੈ। ਉਹ ਵੀਰ ਨੇ ਦੱਸਿਆ ਕਿ ਸਾਡੇ ਵਿੱਚ ਨਾ, ਮਤਲਬ ਅਸੀਂ ਆਪਣਾ ਆਰਾਮ ਨਾਲ ਜਾ ਰਹੇ ਸੀ, ਚਲੋ ਕਹਿੰਦੇ ਅਸੀਂ ਹਜੇ ਗੁਰਦੁਆਰਾ ਸਾਹਿਬ ਵੀ ਜਾਣਾ ਸੀ ਉੱਥੋਂ ਵਾਪਿਸ ਆ ਕੇ, ਅਤੇ ਬੱਚਿਆਂ ਨੇ ਬਹੁਤ ਜਿੱਦ ਕੀਤੀ ਵੀ ਅਸੀਂ ਪਹਿਲਾਂ ਮਸੂਰੀ ਜਾਣਾ ਹੈ। ਚਲੋ ਕਹਿੰਦੇ ਵੀ ਅਸੀਂ ਮੰਨ ਗਏ, ਅਸੀਂ ਕਿਹਾ ਕਿ ਚਲੋ ਗੁਰਦੁਆਰਾ ਸਾਹਿਬ ਫੇਰ ਲੈ ਜਾਂਦੇ ਹਾਂ, ਵੀ ਚਲੋ ਤੁਸੀਂ ਚੱਲਦੇ ਹਾਂ। ਕਹਿੰਦੇ ਇੱਕ ਸ਼ਰਾਬੀ ਡਰਾਈਵਰ ਜੀ, ਅਸੀਂ ਟਰੱਕ ਡਰਾਈਵਰ ਆਪਣੇ, ਤਾਂ ਦੇਖੋ ਉਹਨੇ ਸੋਚਿਆ ਨਹੀਂ ਵੀ ਜੇ ਮੈਂ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਵਾਂ ਕੋਈ ਨਸ਼ਾ ਖਾ ਕੇ, ਅਤੇ ਕਿਸੇ ਵਿੱਚ ਵੱਜਾਂਗਾ ਅਤੇ ਮੈਨੂੰ ਕੁਛ ਹੋ ਜਾਏਗਾ ਅਤੇ ਮੇਰੇ ਘਰ ਦੇ ਅਤੇ ਮੇਰੇ ਬੱਚੇ ਕੀ ਕਰਨਗੇ। ਦੇਖੋ ਉਹਨੇ ਨਹੀਂ ਸੋਚਿਆ, ਅਤੇ ਦੂਜੇ ਬੰਦਾ ਵਿਚਾਰਾ ਜਿਹੜਾ ਹੁੰਦਾ ਹੈ ਉਹਨੂੰ ਵੀ ਲੈ ਕੇ ਨਾਲ ਡੁੱਬ ਜਾਂਦੇ ਨੇ ਕਈ ਵੇਲੇ, ਇਹੋ ਘਟਨਾਵਾਂ। ਕਹਿੰਦੇ ਕਿ ਅਸੀਂ ਨਾ ਜਾ ਰਹੇ ਸੀ, ਬਹੁਤ ਹੀ ਰਫਤਾਰ 'ਚ ਟਰੱਕ ਆਇਆ ਅਤੇ ਸਾਡੀ ਗੱਡੀ ਨਾਲ ਕਾਰ ਨਾਲ ਟੱਕਰ ਕਰਤੀ। ਕਹਿੰਦੇ ਸ਼ੁਕਰ ਸੀ ਕਿ ਪਰਮਾਤਮਾ ਦਾ ਕਿ ਸਾਡੀ ਗੱਡੀ ਖੜ੍ਹੀ ਹੋਈ ਸੀ, ਵੀ ਐਡੀ ਜ਼ੋਰ 'ਤੇ ਟਰੱਕ ਨੇ ਟੱਕਰ ਮਾਰੀ ਕਿ ਉਹ ਸਾਈਡ 'ਤੇ ਦੂਸਰੇ ਟਰੱਕ ਵਿੱਚ ਜਾ ਕੇ ਵੱਜੀ, ਉਹ ਵੀ ਜੋ ਕਿ ਖੜ੍ਹਿਆ ਹੋਇਆ ਸੀ। ਜੇ ਕਿਤੇ ਟਰੱਕ ਚੱਲਦਾ ਹੁੰਦਾ ਤਾਂ ਅੱਜ ਅਸੀਂ ਜਿੰਦਾ ਵੀ ਨਹੀਂ ਹੋਣਾ ਸੀ। ਕਹਿੰਦੇ ਜਦੋਂ ਗੱਡੀ ਨੇ ਟੱਕਰ ਮਾਰੀ ਨਾ, ਰੇਡ ਦੀ ਲੈ ਗਈ ਨਾ, ਤਾਂ ਸਾਰੇ ਹੀ ਘਬਰਾਏ, ਬਹੁਤ ਹੀ ਉੱਚੀ ਉੱਚੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਣ ਲੱਗ ਪਏ। ਹੇ ਵਾਹਿਗੁਰੂ ਰਕਸ਼ਾ ਕਰਨਾ, ਹੇ ਵਾਹਿਗੁਰੂ,
ਹੇ ਵਾਹਿਗੁਰੂ ਭੁੱਲ ਮਾਫ਼ ਕਰਨਾ, ਹੇ ਸੱਚੇ ਪਾਤਸ਼ਾਹ ਸਾਨੂੰ ਬਚਾ ਲਓ। ਜਦੋਂ ਦੇਖੋ ਮੌਤ ਕਰੀਬ ਦਿਖੀ ਨਾ ਤਾਂ ਪਰਮਾਤਮਾ ਮਿੰਟੋ ਮਿੰਟ ਚੇਤਾ ਆ ਜਾਂਦਾ ਹੈ, ਆਪਣਾ ਸਿਰ ਵੀ ਦੁਖੇ ਨਾ ਤਾਂ ਅਸੀਂ ਰੱਬ ਅੱਗੇ ਦੁਆ ਮੰਗ ਲੱਗਦੇ, ਹੇ ਪਰਮਾਤਮਾ ਠੀਕ ਕਰ ਦਿਉ। ਆਪਣਾ ਢਿੱਡ ਦੁਖੇ, ਆਪਣੀ ਲੱਤ ਦੁਖੇ, ਦੇਖੋ ਕਿੰਨੇ ਮਤਲਬੀ ਹਾਂ ਅਸੀਂ, ਸਵਾਰਥੀ, ਆਪਣਾ ਮਤਲਬ ਕੱਢਣਾ ਹੁੰਦਾ ਹੈ। ਹੇ ਰੱਬਾ ਸਾਨੂੰ ਠੀਕ ਕਰ ਦੇ। ਕਹਿੰਦੇ ਆ ਨਾ ਹਰ ਇੱਕ ਦੇ ਮੂੰਹ 'ਚੋਂ ਜੋ ਵੀ ਜਿਸ ਦਾ ਗੁਰੂ ਹੈ, ਰਾਮ ਅੱਲਾ ਵਾਹਿਗੁਰੂ ਕੋਈ ਵੀ ਹੈ ਨਾ, ਅਤੇ ਉਹ ਕਹਿੰਦੇ ਕਿ ਅਸੀਂ ਨਾ ਇੰਨਾ ਕੰਮ ਉੱਠੇ, ਕਹਿੰਦੇ ਪਰ 10 ਕੁ ਮਿੰਟਾਂ ਬਾਅਦ ਅਸੀਂ ਸਾਹ ਲਿਆ, ਅਸੀਂ ਠੀਕ ਸੀ ਬਿਲਕੁਲ। ਕਹਿੰਦੇ ਅਸੀਂ ਅੱਧੇ ਰਾਹ 'ਚ ਹੀ ਹਜੇ ਪਹੁੰਚੇ ਸੀ, ਕਹਿੰਦੇ ਅਸੀਂ ਉੱਥੋਂ ਵਾਪਸ ਆ ਗਏ, ਕਿਉਂਕਿ ਬੰਦਾ ਘਬਰਾ ਜਾਂਦਾ ਵਾ ਵੀ ਐਡਾ ਖਤਰਨਾਕ ਐਕਸੀਡੈਂਟ ਹੋਇਆ। ਪਰ ਕਹਿੰਦੇ ਨਾ ਤਾਂ ਸਾਡੀ ਗੱਡੀ ਦਾ ਕੋਈ ਨੁਕਸਾਨ ਇੰਨਾ ਖਾਸ ਹੋਇਆ, ਨਾ ਹੀ ਸਾਡੇ ਜੀਆਂ 'ਤੇ ਇੱਕ ਵੀ ਖਰੋਚ ਆਈ। ਬਾਬਾ ਦੀਪ ਸਿੰਘ ਨੇ ਜਿਉਂ ਹੱਥ ਦੇ ਕੇ ਰੱਖਿਆ ਹੋਵੇ। ਕਹਿੰਦੇ ਵੈਸੇ ਵੀ ਮੇਰੀ ਨਾ ਇੱਕ ਆਦਤ ਹੈ, ਮੈਂ ਜਦੋਂ ਵੀ ਗੱਡੀ ਚਲਾਉਣੀ, ਵੀਰ ਨੇ ਦੱਸਿਆ ਹੈ, ਮੈਂ ਗੱਡੀ ਵਿੱਚ ਕਦੇ ਵੀ ਸ਼ਬਦ ਗੁਰਬਾਣੀ ਤੋਂ ਬਿਨਾਂ ਕੁਝ ਹੋਰ ਨਹੀਂ ਸੀ ਲਗਾਉਂਦਾ। ਕਹਿੰਦੇ ਤਾਂ ਮੇਰੇ ਬੱਚੇ ਵੀ ਇੰਨੇ ਨਿਯਮ ਸੀ ਵੀ ਜਿਵੇਂ ਬੱਚੇ ਹੁੰਦੇ ਨੇ ਕਿ ਪਾਪਾ ਅਸੀਂ ਮਿਊਜ਼ਿਕ ਸੁਣਨਾ ਜਾਂ ਕੁਝ ਵੀ। ਕਹਿੰਦੇ ਮੇਰੀ ਗੱਡੀ ਵਿੱਚ ਸਿਰਫ ਗੁਰਬਾਣੀ, ਜੇ ਕਹਿੰਦੇ ਦੂਰ ਦਾ ਸਫ਼ਰ ਹੋਣਾ ਤਾਂ ਸੁਖਮਨੀ ਸਾਹਿਬ ਦਾ ਪਾਠ, ਜੇ ਨਜ਼ਦੀਕ ਦਾ ਸਫ਼ਰ ਹੋਣਾ ਤਾਂ ਕੋਈ ਕਥਾ, ਧਾਰਮਿਕ ਕਥਾ ਕੋਈ ਬਾਬਾ ਦੀਪ ਸਿੰਘ ਜੀ ਦੀ, ਜਾਂ ਕੋਈ ਮੈਂ ਹੱਡ ਬੀਤੀ ਸੁਣਦੇ ਹੀ ਜਾਣਾ। ਕਹਿੰਦੇ ਜਦੋਂ ਮੈਂ ਇੱਦਾਂ ਇੱਦਾਂ ਹੱਡ ਬੀਤੀਆਂ ਸੁਣਦਾ ਹਾਂ ਤਾਂ ਮੇਰਾ ਮਨ, ਵਿਸ਼ਵਾਸ, ਆਪਣੇ ਗੁਰੂ ਪ੍ਰਤੀ ਪਿਆਰ, ਸ਼ਰਧਾ ਭਾਵਨਾ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਮੈਂ ਮੁੱਖ ਨਾਲ ਬਿਆਨ ਵੀ ਨਹੀਂ ਕਰ ਸਕਦਾ। ਵੇਖੋ ਨਾ, ਦੇਖੋ ਉਹਨੂੰ ਤਾਂ ਨਹੀਂ, ਗੁਰੂ ਨੇ ਥੱਲੇ ਉਤਰ ਕੇ ਕਿਹਾ ਕਿ ਹਾਂ ਪੁੱਤ ਤੂੰ ਮੇਰਾ ਨਾਮ ਜਪ, ਤੂੰ ਮੇਰੀ ਬਾਣੀ ਪੜ੍ਹ ਅਤੇ ਮੈਂ ਤੈਨੂੰ ਇੰਝ ਕਰਾਂਗਾ। ਦੇਖੋ ਕਹਿੰਦਾ ਰੱਬ ਕਿਸੇ ਨੂੰ ਨਹੀਂ ਕਹਿਣਾ ਆ ਵੀ ਤੂੰ ਪਾਠ ਕਰ, ਰੱਬ ਕਿਸੇ ਦੇ ਅੱਗੇ ਤਰਲੇ ਨਹੀਂ ਪਾਉਂਦਾ ਵੀ ਤੂੰ ਮੇਰਾ ਨਾਮ ਜਪ, ਇਹ ਤਾਂ ਸਾਨੂੰ ਲੋੜ ਹੈ ਰੱਬ ਦੀ, ਰੱਬ ਨੂੰ ਕੋਈ ਲੋੜ ਨਹੀਂ। ਅਤੇ ਜਿਵੇਂ ਇੱਕ ਪੱਤਾ ਹੁੰਦਾ ਹੈ ਨਾ, ਅਤੇ ਪੱਤੇ ਦੇ ਨਾਲ ਟਾਹਣੀ ਹੁੰਦੀ ਹੈ, ਜੇ ਟਾਹਣੀ ਨਾ ਹੋਵੇ ਤਾਂ ਪੱਤਾ ਕਿੱਥੇ ਖੜ੍ਹੇ ਲੱਗੇਗਾ, ਪੱਤਾ ਕਿਸ ਕੰਮ ਦਾ ਹੈ ਨਾ। ਇਸੇ ਤਰ੍ਹਾਂ ਰੱਬ ਦੀ ਸਾਨੂੰ ਇਸ ਤਰ੍ਹਾਂ ਲੋੜ ਹੈ, ਜੇ ਅਸੀਂ ਰੋਟੀ ਨਾ ਖਾਵਾਂਗੇ ਨਾ ਤਾਂ ਅਸੀਂ ਮਰ ਜਾਵਾਂਗੇ। ਇਹ ਡਰ ਹੈ ਨਾ ਸਾਨੂੰ ਵੀ ਅਸੀਂ ਅੱਜ ਭੋਜਨ ਨਹੀਂ ਛਕਿਆ ਅਤੇ ਸਾਨੂੰ ਕੁਛ ਹੋ ਨਾ ਜਾਵੇ। ਇਸੇ ਤਰ੍ਹਾਂ ਦੇਖਿਆ ਕਰੋ ਕਿ ਅਸੀਂ ਅੱਜ ਗੁਰਬਾਣੀ ਨਹੀਂ ਪੜ੍ਹੀ, ਅਸੀਂ ਅੱਜ ਗੁਰਬਾਣੀ ਸਿਮਰਨ ਨਹੀਂ ਕੀਤਾ ਅਤੇ ਕਿਤੇ ਸਾਨੂੰ ਕੁਝ ਹੋ ਨਾ ਜਾਵੇ। ਜੇ ਇਹੋ ਜਿਹੇ ਡਰ ਸਤਾਉਣ ਲੱਗ ਪਵੇ ਨਾ ਤਾਂ ਫਿਰ ਬੰਦੇ ਨੂੰ ਆਉਂਦਾ ਹੈ, ਫਿਰ ਗੁਰੂ ਦੇ ਨੇੜੇ ਹੁੰਦਾ ਹੈ, ਫਿਰ ਗੁਰੂ ਉਸ ਦੇ ਨੇੜੇ ਹੋ ਕੇ ਸੁਣਦਾ ਹੈ ਵੀ ਇਹੋ ਜਿਹਾ ਡਰ ਹੀ ਸਤਾਉਣ ਲੱਗ ਪਿਆ ਵੀ ਹਾਏ ਅੱਜ ਮੈਂ ਪਾਠ ਨਹੀਂ ਕੀਤਾ, ਅੱਜ ਮੇਰਾ ਮਨ ਨਹੀਂ ਚੰਗਾ ਜਾ ਰਿਹਾ, ਅੱਜ ਮੇਰਾ ਦਿਨ ਨਹੀਂ ਚੰਗਾ ਜਾ ਰਿਹਾ। ਇੱਦਾਂ ਗੁਰੂ ਵਾਲੇ ਬਣਨਾ ਚਾਹੀਦਾ ਹੈ। ਚਲੋ ਵੀਰ ਕਹਿੰਦੇ ਕਿ ਅਸੀਂ ਵਾਪਸ ਆ ਗਏ ਘਰ ਆ ਕੇ, ਕਹਿੰਦੇ ਪਹਿਲਾਂ ਸਭ ਤੋਂ ਮੈਂ ਇਸ਼ਨਾਨ ਕੀਤਾ, ਪਾਠ ਕੀਤਾ ਅਤੇ ਜੋਤ ਜਗਾਈ ਬਾਬਾ ਦੀਪ ਸਿੰਘ ਜੀ ਅੱਗੇ। ਕਹਿੰਦੇ ਘਰ ਸਾਡੀ ਮਾਤਾ ਸੀ ਅਤੇ ਮਾਤਾ ਬਹੁਤ ਹੈਰਾਨ ਹੋ ਗਈ ਵੀ ਤੁਸੀਂ ਵਾਪਸ ਆ ਗਏ। ਕਹਿੰਦੇ ਮੈਂ ਸਾਰੀ ਗੱਲ ਆ ਕੇ ਮਾਤਾ ਨੂੰ ਸੁਣਾਈ। ਕਹਿੰਦੇ ਮਾਤਾ ਨੇ ਵੀ ਸ਼ੁਕਰਾਨੇ ਵਜੋਂ, ਚਲੋ ਮਾਤਾ ਨੇ ਵੀ ਕਿਹਾ ਚਲੋ ਅਸੀਂ ਪਹਿਲਾਂ ਹੀ ਸਭ ਤੋਂ ਪਹਿਲਾਂ ਇੱਕ ਕੰਮ ਕਰਦੇ ਹਾਂ, ਜਿਸ ਗੁਰੂ ਨੇ ਇਹ ਜੀਵਨ ਦਿੱਤਾ ਹੈ ਨਾ ਉਸ ਤੋਂ ਵੱਧ ਹੋਰ ਕੁਝ ਨਹੀਂ ਹੈ, ਅਤੇ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ। ਕਹਿੰਦੇ ਫਿਰ ਅਸੀਂ 2 ਕੁ ਦਿਨਾਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਗਏ, ਅੰਮ੍ਰਿਤਸਰ ਸਾਹਿਬ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ। ਅਸੀਂ ਕਹਿੰਦੇ ਉੱਥੇ ਜਾ ਕੇ ਰਾਤ ਰਹੇ, ਚੁਪਹਿਰਾ ਸਾਹਿਬ ਕੱਟਿਆ ਅਗਲੇ ਦਿਨ। ਕਹਿੰਦੇ ਫਿਰ ਅਸੀਂ ਲੰਗਰ 'ਚ ਸੇਵਾ ਕੀਤੀ। ਕਹਿੰਦੇ ਫਿਰ ਹੁਣ ਮੇਰਾ ਮਨ ਕੀਤਾ ਕਿ ਕਿਉਂ ਨਾ ਅਸੀਂ ਟਾਹਲਾ ਸਾਹਿਬ ਵੀ ਜਾ ਹੀ ਆਈਏ, ਹੁਣ ਐਡੀ ਦੂਰ ਆਏ ਹੋਏ ਹਾਂ। ਕਹਿੰਦੇ ਅਸੀਂ ਫਿਰ ਟਾਹਲਾ ਸਾਹਿਬ ਲਈ ਰਵਾਨਾ ਹੋ ਗਏ।
ਕਹਿੰਦੇ ਮਾਤਾ ਜੀ ਨੇ ਕਿਹਾ ਕਿ ਮੈਨੂੰ ਵੀ ਜਿਵੇਂ ਜਿਵੇਂ ਕਹਿੰਦੇ ਮਾਤਾ ਦੇ ਦਿਲ 'ਚ ਸੰਤੁਸ਼ਟੀ ਜੀ ਆਉਂਦੀ ਰਹੀ, ਮਾਤਾ ਮੈਨੂੰ ਦੱਸਦੀ ਰਹੀ ਕਿ ਹੁਣ ਆਪਾਂ ਇੱਥੇ ਸ਼ਹੀਦੀ ਦੇਖ ਵੀ ਕਰਵਾ ਜਾਂਦੇ ਹਾਂ, ਹੁਣ ਆਏ ਤਾਂ ਹਾਂ ਨਾ, ਵੀ ਚਲੋ ਜ਼ਰੂਰੀ ਨਹੀਂ ਕਿ ਸਾਡਾ ਕੋਈ ਕਾਰਜ ਹੀ ਪੂਰਾ ਹੋਇਆ ਵੀ ਤਾਂ ਹੀ ਅਸੀਂ ਕਰਵਾਉਣੀ ਹੈ, ਖੁਸ਼ੀ ਨਾਲ ਵੀ ਕਰਵਾ ਸਕਦੇ ਹਾਂ ਵੀ ਸਾਡੀ ਜ਼ਿੰਦਗੀ 'ਚ ਦੁੱਖ ਦੂਰ ਹੋਏ ਨੇ, ਸਾਨੂੰ ਪਰਮਾਤਮਾ ਖੁਦ ਆ ਕੇ ਮਿਲੇ ਨੇ, ਸਾਨੂੰ ਪਰਮਾਤਮਾ ਦੇ ਦੀਦਾਰੇ ਹੋਏ ਨੇ, ਇਸ ਕਰਕੇ ਵੀ ਕਰਵਾ ਸਕਦੇ ਹਾਂ। ਜ਼ਰੂਰੀ ਨਹੀਂ ਕਿ ਹਰ ਪਾਸੇ ਮਤਲਬ ਹੀ ਹੋਵੇ, ਵੀ ਸਾਨੂੰ ਮਤਲਬ ਆ ਹੁਣ ਸਾਡਾ ਕਰਜ਼ਾ ਉਤਰ ਜੇ ਫਿਰ ਕਰਾਵਾਂਗੇ ਬਾਬਾ ਜੀ, ਇਹ ਸਾਡੀ ਧੀ ਦਾ ਵਿਆਹ ਹੋ ਜਾਵੇ ਫਿਰ ਕਰਾਵਾਂਗੇ ਸ਼ਹੀਦੀ ਦੇਗਾ, ਜਾਂ ਸਾਡਾ ਕੋਈ ਪਲਾਟ ਬਣ ਜਾਵੇ ਜਾਂ ਗੱਡੀ ਲੈ ਲਈਏ। ਦੇਖੋ ਕਿੱਦਾਂ ਮਤਲਬੀ ਸਵਾਰਥੀ ਹਾਂ ਅਸੀਂ ਸਭ, ਹਾਂ ਕੋਈ ਇਹੋ ਜਿਹਾ ਵੀ ਨਹੀਂ ਹੈ, ਪਰ ਕੋਈ ਇਹੋ ਜਿਹੇ ਵੀ ਨਹੀਂ ਹੈ, ਸਿਰਫ ਜੋ ਗੁਰੂ ਦੇ ਦੁਆਰੇ 'ਚੋਂ ਨਾ ਸਿਰਫ ਗੁਰੂ ਨੂੰ ਮੰਗਣ ਜਾਂਦੇ ਨੇ, ਸਿਰਫ ਇਹੀ ਕਹਿੰਦੇ ਨੇ ਕਿ ਪਰਮਾਤਮਾ ਤੁਸੀਂ ਮੈਨੂੰ ਮਿਲ ਜਾਓ, ਸਿਰਫ ਸੱਚੇ ਪਾਤਸ਼ਾਹ ਤੁਸੀਂ ਮੇਰੇ ਹੋ ਜਾਓ, ਤੁਸੀਂ ਮੈਨੂੰ ਮਿਲ ਜਾਓ, ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਪਰ ਸਾਡੇ ਵਰਗੇ ਬੇਮੁਖ, ਮੇਰੇ ਵਰਗੇ ਹੀ ਲਾ ਲਓ, ਅਸੀਂ ਵੀ ਉਹਨਾਂ ਵਿੱਚ ਹੀ ਆਉਂਦੇ ਹਾਂ, ਜਦੋਂ ਮਤਲਬ ਬਣਦਾ ਹੈ ਜਾਂ ਕੋਈ ਦੁੱਖ ਆਉਣ ਪੈਂਦਾ ਹੈ ਤਾਂ ਵਾਹਿਗੁਰੂ ਸਿਮਰਨ ਜਪਦਿਆਂ ਜਪਦਿਆਂ ਪਤਾ ਵੀ ਨਹੀਂ ਲੱਗਦਾ ਕਿੰਨਾ ਟਾਈਮ ਕਰੀ ਜਾਂਦੇ ਹਾਂ। ਪਰ ਹਾਂ, ਜਿੱਥੇ ਸੁੱਖ ਦੀ ਆ ਗਈ ਕਿਰਨ, ਵਾਹਿਗੁਰੂ ਵਿਸਰ ਗਿਆ ਮਨੋਂ, 2 ਮਿੰਟ 'ਚ ਭੁੱਲ ਜਾਂਦੇ ਹਾਂ, ਨਹੀਂ ਤਾਂ ਵਾਹਿਗੁਰੂ, ਵਾਹਿਗੁਰੂ ਜੀ ਮਿਹਰ ਕਰਨਾ, ਵਾਹਿਗੁਰੂ ਕਿਰਪਾ ਕਰਨਾ, ਵਾਹਿਗੁਰੂ ਜੀ ਇੰਝ ਕਰੇ, ਵਾਹਿਗੁਰੂ ਜੀ ਸਭ ਕੁਝ ਕਰਦੇ ਨੇ, ਸਾਡੀ ਹਰੇਕ ਆਸ ਨੂੰ ਪੂਰੀ ਕਰਦੇ ਨੇ, ਫਿਰ ਵੀ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਰੋਜ਼ ਉੱਠਦੇ ਸਾਰ, ਸੌਣ ਵੇਲੇ, ਖਾਣ ਵੇਲੇ, ਹਰ ਸਮੇਂ ਨਹੀਂ ਕਰਦੇ, ਭੁੱਲ ਹੀ ਜਾਂਦੇ ਹਾਂ, ਪਰ ਵਾਹਿਗੁਰੂ ਦੇਣ ਲੱਗਿਆਂ ਕਦੇ ਨਹੀਂ ਭੁੱਲਦਾ ਕਿ ਇਹ ਮੇਰਾ ਸਿੱਖ ਆ, ਮੈਂ ਇਹਨੂੰ ਰੋਟੀ ਨਹੀਂ ਦੇਣੀ, ਇਹ ਮੇਰਾ ਸਿੱਖ ਹੈ, ਇਹਨੇ ਮੇਰੀ ਜੁਗਾੜ ਨਹੀਂ ਦੇਣਾ, ਇਹ ਮੇਰਾ ਸਿੱਖ ਹੈ, ਮੈਨੂੰ ਜੋ ਵੀ ਉਹਦੀ ਕਿਸਮਤ 'ਚ ਲਿਖਿਆ ਹੈ ਇਹ ਕੁਝ ਨਹੀਂ ਦੇਣਾ। ਵਾਹਿਗੁਰੂ ਸਭ ਨੂੰ ਸਭ ਕੁਝ ਦਿੰਦਾ ਹੈ, ਕਿਉਂਕਿ ਵਾਹਿਗੁਰੂ ਸਮਰੱਥ ਹੈ, ਠੀਕ ਹੈ ਨਾ, ਉਹ ਤੋਂ ਵੱਡਾ ਕੋਈ ਨਹੀਂ, ਵੱਡਾ ਮੇਰਾ ਸਾਹਿਬ ਆ, ਕਹਿੰਦੇ ਹੈ ਨਾ ਕਿ ਜਿਹੜਾ ਮੇਰਾ ਸਾਹਿਬ ਹੈ ਨਾ ਉਸਦੇ ਖਜ਼ਾਨਿਆਂ ਵਿੱਚ ਕੋਈ ਕਮੀ ਨਹੀਂ ਹੈ, ਮੰਗਣ ਵਾਲੇ ਅਸੀਂ, ਸਾਨੂੰ ਮੰਗਣ ਦੀ ਜਾਂਚ ਨਹੀਂ ਆਉਂਦੀ, ਫਿਰ ਵੀ ਅਸੀਂ ਇੱਧਰ ਉੱਧਰ ਭਟਕ ਹੀ ਜਾਂਦੇ ਹਾਂ, ਆਪਣੇ ਮਤਲਬ ਆਪਣੇ ਆਪ ਤੋਂ ਮਜਬੂਰ ਹੋ ਕੇ ਅਸੀਂ ਗੁਰਦੁਆਰਾ ਸਾਹਿਬ ਛੱਡ ਕੇ ਹੋਰ ਵੱਲ ਭੱਜਦੇ ਹਾਂ। ਦੇਖੋ ਉਸ ਵੀਰ ਨੇ ਆਪਣੀ ਇਹ ਹੱਡਬੀਤੀ ਸੁਣਾਈ ਨਾ, ਜਦੋਂ ਉਹ ਬਹੁਤ ਹੀ ਇੱਕ ਤਾਂ ਨਾਲ ਸੁਣਾ ਰਹੇ ਸਨ ਅਤੇ ਨਾਲ ਹੀ ਇੱਕ ਵਾਰ ਮੂੰਹ ਦੇ ਵਿੱਚ ਜਪ ਰਹੇ ਸਨ, ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਸਾਡੀ ਰੱਖਿਆ ਕੀਤੀ ਹੈ, ਧੰਨ ਧੰਨ ਬਾਬਾ ਦੀਪ ਸਿੰਘ ਨੇ ਸਾਡੀ ਅੰਗ ਸੰਗ ਹੋ ਕੇ ਸਹਾਇਤਾ ਕੀਤੀ ਹੈ, ਧੰਨ ਧੰਨ ਬਾਬਾ ਦੀਪ ਸਿੰਘ ਨੇ ਸਾਡੀ ਬੇਨਤੀ ਪੁਕਾਰ ਸੁਣੀ ਹੈ, ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਇੱਥੇ ਪਹੁੰਚਾਇਆ ਹੈ, ਨਹੀਂ ਤਾਂ ਅੱਜ ਪਤਾ ਨਹੀਂ ਅਸੀਂ ਕਿੱਥੇ ਹੋਣਾ ਸੀ। ਦੇਖੋ ਘੜੀ ਦਾ ਕੋਈ ਪਤਾ ਨਹੀਂ ਲੱਗਦਾ, ਅਤੇ ਦੇਖੋ ਜੇ ਉਹਨਾਂ ਨੂੰ ਕੁਝ ਹੋ ਜਾਂਦਾ, ਇਹ ਕਥਾ ਇਹ ਹੱਡਬੀਤੀ ਕਿਹਨੇ ਸੁਣਾਉਣੀ ਸੀ ਸਾਨੂੰ, ਸਾਡੇ ਨਾਲ ਕਿਹਨੇ ਸਾਂਝੀ ਕਰਨੀ ਸੀ, ਜੇ ਉਹਨਾਂ 'ਤੇ ਇਹ ਕਲਾ ਕੋਈ ਵਰਤੀ ਹੈ ਅਗਲਾ ਤਾਂ ਹੀ ਸੁਣਾਉਂਦਾ ਹੈ ਨਾ ਵੀ ਹਾਂਜੀ ਸਾਡੇ 'ਤੇ ਇਹ ਕਿਰਪਾ ਹੋਈ ਹੈ। ਹਰ ਇੱਕ ਦੀ ਕੋਈ ਨਾ ਕੋਈ ਹੁੰਦੀ ਹੈ ਆਪਣੀ ਹੱਡਬੀਤੀ, ਕੋਈ ਦੱਸ ਦਿੰਦੇ ਨੇ, ਕੋਈ ਚੁੱਪ ਚਾਪ ਹੀ ਰਹਿੰਦੇ ਨੇ, ਵੀ ਦੱਸਣ ਵਾਲੀ ਕੋਈ ਐਡੀ ਗੱਲ ਨਹੀਂ, ਪਰ ਆਪਣੀ ਜਿੰਨੀ ਹੋ ਸਕੇ ਆਪਣੇ ਗੁਰੂ ਦੀ ਵਡਿਆਈ ਤਾਂ ਕਰੋ, ਆਪਣੇ ਗੁਰੂ ਨੂੰ ਦੇਖੋ ਵੀ ਸਾਡਾ ਗੁਰੂ ਕਿੱਡਾ ਸਮਰੱਥ ਹੈ, ਕਿੱਡਾ ਵੱਡਾ ਹੈ, ਸਾਡਾ ਗੁਰੂ ਸਾਡੇ ਲਈ ਕੀ ਕਰ ਸਕਦਾ ਹੈ, ਸਾਡੇ ਗੁਰੂ ਨੇ ਸਾਡੇ 'ਤੇ ਕੀ ਇੰਨੀ ਵਡਿਆਈ ਕੀਤੀ ਹੈ, ਕੀ ਹੈ ਸਾਡਾ ਗੁਰੂ, ਸਾਡਾ ਗੁਰੂ ਬਹੁਤ ਹੀ ਜਾਣੀ ਜਾਣ ਹੈ, ਹਰੇਕ ਦੇ ਦੁੱਖ ਨੂੰ ਪਹਿਚਾਣ ਲੈਂਦਾ ਹੈ, ਹਰੇਕ ਦੇ ਦੁੱਖਾਂ ਨੂੰ ਦੂਰ ਕਰਦਾ ਹੈ, ਇਹੋ ਜਿਹਾ ਹੈ ਸਾਡਾ ਗੁਰੂ।
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਹਰ ਇੱਕ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖਣ। ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਸਭ ਦੇ ਬੱਚਿਆਂ ਨੂੰ, ਸਭ ਦੇ ਮਾਤਾ ਪਿਤਾ ਨੂੰ ਖੁਸ਼ ਰੱਖਣ, ਬੱਚਿਆਂ ਨੂੰ ਸੁਬੁੱਧੀ ਬਖਸ਼ਣ, ਨਸ਼ਿਆਂ ਤੋਂ ਬਚਾਉਣ। ਸੱਚੇ ਪਾਤਸ਼ਾਹ ਜੀ, ਸਭ ਦੇ ਲਈ ਦੁਆ ਕਰਿਆ ਕਰੋ ਕਿ ਸਭ ਦੇ ਬੱਚੇ ਚੰਗੇ ਕੰਮਾਂ ਵਿੱਚ ਲੱਗਣ, ਸਭ ਦੇ ਮਾਤਾ ਪਿਤਾ ਖੁਸ਼ ਹੋਣ, ਕਿਉਂਕਿ ਜੇ ਸਰਬੱਤ ਦਾ ਭਲਾ ਹੈ ਨਾ ਜਿੱਥੇ, ਉੱਥੇ ਖਾਲਸਾ ਜੀ ਆਪਣਾ ਭਲਾ ਗੁਰੂ ਕਰਦੇ ਨੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਖਾਲਸਾ ਜੀ, ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ। ਕਥਾ ਸੁਣੀ ਹੈ, ਉਸਨੂੰ ਮਨ ਭਿੱਜਿਆ ਹੈ ਨਾ, ਤਾਂ ਵਾਹਿਗੁਰੂ ਜ਼ਰੂਰ ਲਿਖਿਆ ਕਰੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।